ਸਸਿਕਾਲ ਅਸਲਾਮ ਵਾਲੇकुम ਨਮਸਕਾਰ ਦੋਸਤੋ ਦੋਸਤੋ ਇਹ ਆ ਗਿਆ ਆਪਣੀ 에어ਪੋਰਟ ਰੋਡ ਆ ਤੁਸੀਂ ਦੇਖ ਸਕਦੇ ਹੋ ਸਾਰੀ 에어ਪੋਰਟ ਰੋਡ ਹੈਗੀ ਹੈ ਔਰ ਉਹ ਮੈਂ ਲੋਕੇਸ਼ਨ ਦਿਖਾ ਰਿਹਾ ਇਸ ਲਾਈਨ ਦੇ ਵਿੱਚ ਮੈਂ ਤੁਹਾਨੂੰ ਪਲਾਟ ਦੇ ਦਾਂਗਾ 150 ਗਜ ਦਾ ਇਹ ਲਾਈਨ ਜਿਹੜੀ ਹੈਗੀ ਹੈ ਆਈ ਬਲਾਕ ਦੇ ਵਿੱਚ ਆਂਦੀ ਹੈ ਪ੍ਰੋਪਰ ਰਹਿਸ਼ ਹੈਗੀ ਹੈ ਦੇਖੋ ਗੱਡੀਆਂ ਲੱਗਣ ਤੋਂ ਬਾਅਦ ਵੀ ਬਹੁਤ ਜਗ੍ਹਾ ਬਚਦੀ ਹੈ ਸਾਰੀ ਅੰਡਰਗਰਾਉਂਡ ਵਾਇਰਿੰਗ ਹੋ ਚੁੱਕੀ ਹੈ ਔਰ ਸਟੀਲ ਲਾਈਟ ਵੀ ਅੰਡਰਗਰਾਉਂਡ ਹੈਗੀ ਹੈ ਦੋਸਤੋ ਦੋਸਤੋ ਅਗਰ ਰਹਿਸ਼ ਦੀ ਗੱਲ ਕਰੀਏ ਤੇ ਪ੍ਰੋਪਰ ਰਹਿਸ਼ ਹੈਗੀ ਹੈ ਮਤਲਬ ਇਮੀਡੀਏਟ ਤੁਸੀਂ ਸ਼ਿਫਟ ਕਰ ਸਕਦੇ ਹੋ ਟੱਚਿੰਗ ਹਾਈਵੇ ਹੈ ਸਭ ਤੋਂ ਅੱਛੀ ਗੱਲ ਇਹ ਹੈ ਕਿ ਵੀ ਆਪਣਾ ਜ਼ਿਰਖਪੁਰ ਵੀ ਬਿਲਕੁਲ ਨਾਲ ਪੈਂਦਾ ਹੈ ਯੂਨੀਵਰਸਿਟੀਆਂ ਵੀ ਬਿਲਕੁਲ ਨਾਲ ਪੈਂਦੀ ਹੈ ਔਰ ਮਾਰਕੀਟਸ ਫੈਸਿਲਿਟੀ ਵੀ ਬਿਲਕੁਲ ਨਾਲ ਹੈ ਕੱਲੋ ਅਗਰ ਤੁਸੀਂ ਚੰਡੀਗੜ੍ਹ ਮੌਲੀ ਜਾਣਾ ਉਹ ਵੀ ਕਨੈਕਟੀਵਿਟੀ ਬਿਲਕੁਲ ਨਾਲ ਹੈਗੀ ਹੈ ਆ ਲਾਈਨ ਦੇ ਵਿੱਚ ਮੈਂ ਪਲਾਟ ਦੇ ਦਾਂਗਾ ਹੁਣ ਜਿਹੜਾ ਪਲਾਟ ਦਾ ਸਾਈਜ਼ ਹੈਗਾ ਐਕਚੁਅਲ ਦੇ ਵਿੱਚ ਉਹ ਹੈਗਾ 22.5/60 22.5/60 ਸਾਈਜ਼ ਆਏਗਾ ਔਰ ਸਾਰੇ ਪਲਾਟਾਂ ਵਿੱਚ ਭਰਤੀ ਬਹੁਤ ਕਾਟਾਗਰੀ ਡੈਪਥ ਦੇਖੋਗੇ ਪਰਤੀ ਬਹੁਤ ਕਟ ਹੈਗੀ ਹੈ ਤੇ ਦੋਸਤੋ ਆ ਜਿਹੜੀ ਲਾਈਨ ਹੈਗੀ ਹੈ ਪ੍ਰੋਪਰ ਰੈਸ਼ ਹੈਗੀ ਹੈ ਔਰ ਅੱਗੇ ਤੁਸੀਂ ਚਾਹੋ ਅਗਰ ਗਾਰਡਨ ਨਹੀਂ ਬਣਾਉਣਾ ਚਾਹੁੰਦੇ ਤਾਂ ਇਸ ਤਰ੍ਹਾਂ ਦੀ ਆਪਣੇ ਰੈਂਪ ਦੀ ਬਰਮ ਬਣਾ ਸਕਦੇ ਹੋ ਤਾਂ ਕਿ ਕਾਰ ਆਰਾਮ ਨਾਲ ਬਾਹਰ ਖੜ ਜਾਏ ਤੇ ਦੋਸਤੋ ਪ੍ਰੋਪਰ ਗ੍ਰੀਨ ਏਰੀਆ ਸਾਰੇ ਪੇੜ ਜਿਹੜੇ ਹੈਗੇ ਲੱਗ ਚੁੱਕੇ ਆ ਦੋਸਤੋ ਅਗਰ ਕੋਈ ਆਪਣੇ ਵਾਸਤੇ ਪ੍ਰੋਪਰ ਜਿਹੜਾ ਹੈਗਾ ਛੋਟਾ ਪਲਾਟ ਲੱਭ ਰਿਹਾ ਰੀਜ਼ਨੇਬਲ ਪ੍ਰਾਈਸ ਤੇ ਆਈ ਬਲਾਕ ਦੇ ਵਿੱਚ ਤਮੀ ਨੂੰ ਇਮੀਡੀਏਟਲੀ ਕਾਲ ਕਰ ਸਕਦੇ ਹੋ ਮੇਰੇ ਨੀਚੇ ਦਿੱਤੇ ਨੰਬਰਾਂ ਤੇ ਮੇਰੇ ਕੋਲ ਐਰੋ ਸਿਟੀ ਆਈਟੀਸੀਟੀ ਛਾਟ ਵੀ 82A 83A ਔਰ ਵੇਵਸ ਐਮਆਰ ਦੇ ਵਿੱਚ ਵੀ ਪਲਾਟਸ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਇਹਦੇ ਗਾਰਡਨ ਬਣਿਆ ਹੋਇਆ ਹੈ ਔਰ ਦੇਖ ਸਕਦੇ ਹੋ ਦੋਸਤੋ ਪ੍ਰੋਪਰ ਪਾਰਕਸ ਬਨੇ ਹੋਏ ਹੈ ਇਹਦੀ ਬੈਕ ਲਾਈਨ ਤੁਹਾਨੂੰ ਦਿਖਾਈ ਸੀਗੀ ਹਰ ਇੱਕ ਜਗ੍ਹਾ ਤੁਸੀਂ ਦੇਖੋਗੇ ਪ੍ਰੋਪਰ ਸੜਕਾਂ ਪਈ ਹੋਈਆਂ ਨੇ ਦੋਸਤੋ ਤੇ ਵਰਕਾ ਬੂਤ ਦੀ ਵੀ ਆਪਸ਼ਨ ਦਿੱਤੀ ਹੈ ਅਗਰ ਕੋਈ ਡੈਰੀ ਪ੍ਰੋਡਕਟ ਲੈਣਾ ਬਿਲਕੁਲ ਨਾਲ ਹੀ ਵਰਕਾ ਵੀ ਬੂਥ ਦਿੱਤਾ ਹੋਇਆ ਦੋਸਤੋ ਚੁੱਲ੍ਹੇ ਵੀ ਲੱਗੇ ਹੋਏ ਆ ਜੋਗਿੰਗ ਟਰੈਕ ਵੀ ਬਣਿਆ ਹੋਇਆ ਹੈ ਔਰ ਪ੍ਰੋਪਰ ਜਿਹੜਾ ਹੈਗਾ ਪਲੈਨਿੰਗ ਨਾਲ ਬਣਿਆ ਹੋਇਆ ਹੈ ਸਭ ਤੋਂ ਅੱਛੀ ਗੱਲ ਹੈ ਪੁੱਡਾ ਦਾ ਸੈਕਟਰ ਹੈਗਾ ਔਰ ਮੇਰੇ ਕੋਲ 150 ਗਜ ਦੀ ਹੋਰ ਵੀ ਇਨਵੈਂਟਰੀਜ਼ ਅਵੇਲੇਬਲ ਹੈ ਇਸ ਦੇ ਵਿੱਚ ਤੇ ਦੋਸਤੋ ਅਗਰ ਤੁਸੀਂ 150 ਗਜ ਦੇਖ ਰਹੇ ਹੋ ਤਾਂ ਮੈਨੂੰ ਜਰੂਰ ਕਾਲ ਕਰਿਓ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਆਪਾਂ ਫੇਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਧੰਨਵਾਦ ਜੀ